ਸਤਿ ਸ਼੍ਰੀ ਅਕਾਲ ਕਲਿਆਣ ਟੀ ਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਬਠਿੰਡਾ ਦੇ ਵਿੱਚ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਕਨਵੈਨਸ਼ਨ ਕਰਵਾਇਆ ਜਾ ਰਿਹਾ, ਜਿਸ ਦੇ ਵਿੱਚ ਕਿ ਜਿਹੜੀ ਸਾਂਝ ਆ ਉਸਨੂੰ ਹੋਰ ਮਜ਼ਬੂਤ ਕਰਨ, ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਜਿਹੜੇ ਵਰਕਰ ਨੇ, ਆਗੂ ਨੇ, ਉਹਨਾਂ ਨੂੰ ਲਾਮਬੱਧ ਕੀਤਾ ਜਾ ਰਿਹਾ। ਇਸੇ ਦੇ ਤਹਿਤ ਇਸ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਸਮੁੱਚੇ ਪੰਜਾਬ ਦੀ ਮੁੱਖ ਲੀਡਰਸ਼ਿਪ ਦੀ ਸਰਪ੍ਰਸਤੀ ਹੇਠ ਵਰਕਰ ਅਤੇ ਜਿਹੜੇ ਪ੍ਰਦਰਸ਼ਨਕਾਰੀ ਨੇ, ਸਹਿਯੋਗੀ ਨੇ, ਉਹਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਇਹ ਕਿਹਾ ਗਿਆ ਕਿ ਕਿਸਾਨ ਵੀਰ ਮਜ਼ਦੂਰ ਵੀ ਇਸ ਸੰਘਰਸ਼ ਦੇ ਵਿੱਚ ਇਸ ਐਸੋਸੀਏਸ਼ਨ ਦਾ ਸਹਿਯੋਗ ਕਰ ਰਹੇ ਨੇ। ਦਰਅਸਲ ਇਸ ਦਰਮਿਆਨ ਇਹ ਵੀ ਆਗੂਆਂ ਦਾ ਕਹਿਣਾ ਕਿ ਜਦ ਕਿਸਾਨ ਮਜ਼ਦੂਰ ਸੰਘਰਸ਼ ਕਰਦੇ ਨੇ ਤਾਂ ਹਮੇਸ਼ਾ ਸਾਡਾ ਸਹਿਯੋਗ ਰਹਿੰਦਾ ਹੈ ਅਤੇ ਗ੍ਰਿਫਤਾਰੀਆਂ ਵੀ ਅਸੀਂ ਦਿੰਦੇ ਹਾਂ, ਅਤੇ ਹੁਣ ਸਾਡੀ ਸਾਂਝ ਬੜੀ ਮਜ਼ਬੂਤ ਹੈ, ਕਿਸਾਨ ਅਤੇ ਮਜ਼ਦੂਰ ਵੀ ਅੱਗੇ ਹੋ ਕੇ ਸਾਡੇ ਇਸ ਮੋਰਚੇ ਦੇ ਵਿੱਚ ਮੋਢੇ ਨਾਲ ਮੋਢਾ ਲਾਈ ਖੜ੍ਹੇ ਨੇ। ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਸਾਡੀਆਂ ਮੰਗਾਂ 'ਤੇ ਵਿਚਾਰ ਤਾਂ ਕੀਤਾ ਜਾਂਦਾ ਹੈ, ਪਰ ਸਰਕਾਰ ਵਾਅਦੇ ਪੂਰੇ ਨਹੀਂ ਕਰ ਰਹੀ, ਅਤੇ ਜੇਕਰ ਹੁਣ ਵੀ ਮੰਗਾਂ 'ਤੇ ਕੋਈ ਸਹਿਮਤੀ ਨਹੀਂ ਬਣਦੀ ਹੈ ਤਾਂ ਚੋਣਾਂ ਦੇ ਦਰਮਿਆਨ ਲੋਕਾਂ ਨੂੰ ਚੇਤਨ ਕੀਤਾ ਜਾਵੇਗਾ, ਜਿੰਨੀ ਚੋਣਾਂ ਦੇ ਵਿੱਚ ਸਰਕਾਰ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸੇ ਦਰਮਿਆਨ ਹੀ ਇਹਨਾਂ ਦਾ ਕਹਿਣਾ ਹੈ ਕਿ ਯੂਪੀ ਅਤੇ ਹਰਿਆਣਾ ਦੇ ਵਿੱਚ ਜੋ ਪ੍ਰੈਕਟੀਸ਼ਨ ਐਸੋਸੀਏਸ਼ਨਸ ਦੇ ਨਾਲ ਧੱਕਾ ਹੋ ਰਿਹਾ, ਉਸ ਦੇ ਵਿਰੋਧ ਦੇ ਵਿੱਚ 18, 19 ਅਤੇ 20 ਨਵੰਬਰ ਨੂੰ ਲਖਨਊ ਦੇ ਵਿੱਚ ਧਰਨਾ ਲਾਇਆ ਜਾ ਰਿਹਾ, ਜਿਸ ਦੇ ਵਿੱਚ ਕਿ ਸਾਡੇ ਵੱਲੋਂ ਵੀ ਸਹਿਯੋਗ ਕੀਤਾ ਜਾਵੇਗਾ। ਮੈਂ ਡਾਕਟਰ ਧੰਨਾਮਲ ਗੋਇਲ ਜੀ, ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ, ਮੁੱਖ ਦਫ਼ਤਰ ਨੇੜੇ ਟੀਵੀ ਟਾਵਰ ਬਠਿੰਡਾ। ਅਸੀਂ ਅੱਜ ਸਾਡੀ ਸੂਬਾ ਕਮੇਟੀ ਦੇ ਫੈਸਲੇ ਦੇ ਮੁਤਾਬਕ ਜਥੇਬੰਦਕ ਕਨਵੈਨਸ਼ਨ ਜਿਹੜੀ ਕਰਵਾਉਣ ਜਾ ਰਹੇ ਹਾਂ। ਪੂਰੇ ਸਮੁੱਚੇ ਪੰਜਾਬ ਦੇ ਵਿੱਚ ਸਾਡਾ ਫੈਸਲਾ ਹੈ ਕਿ ਅਸੀਂ ਜਥੇਬੰਦ ਨੂੰ ਮਜ਼ਬੂਤ ਕਰਨ ਦੇ ਇਰਾਦੇ ਦੇ ਨਾਲ, ਅਸੀਂ ਜਥੇਬੰਦੀ ਦਾ ਭਰਾਤਰੀ ਸਾਂਝ ਨੂੰ ਹੋਰ ਵਧਾਉਣ ਦੇ ਲਈ, ਜਥੇਬੰਦਕ ਸਿੱਖਿਆ ਸਾਡੇ ਸਾਥੀਆਂ ਨੂੰ ਦੇਣ ਦੇ ਲਈ ਔਰ ਨਾਲੋਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਭਵਿੱਖੀ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਹਾਕਮ ਸਰਕਾਰਾਂ ਨੇ ਉਹਨਾਂ ਵੱਲੋਂ ਅੱਜ ਜਿਹੜੀ ਹੈ ਜ਼ਬਾਨਬੰਦੀ ਕੀਤੀ ਜਾ ਰਹੀ ਹੈ, ਅੱਜ ਕਲਮਾਂ ਨੂੰ ਖੁੰਡਾ ਕੀਤਾ ਜਾ ਰਿਹਾ ਹੈ, ਔਰ ਇਸ ਦੇ ਖਿਲਾਫ ਜਿਹੜਾ ਹੈਗਾ ਅਸੀਂ ਕਿਵੇਂ ਆਪਣੇ ਕਿੱਤੇ ਦੀ ਰਾਖੀ ਕਰਨੀ ਹੈ, ਕਿਵੇਂ ਇਹਨਾਂ ਸਾਰੇ ਚੁਣੌਤੀਆਂ ਨੂੰ ਜਿਹੜਾ ਹੈਗਾ ਭਾਂਜ ਦੇਣੀ ਹੈ, ਔਰ ਉਸ ਦੇ ਲਈ ਇੱਕ ਸਿੱਖਿਆ ਦੇਣ ਦੇ ਲਈ ਅੱਜ ਅਸੀਂ ਜਿੱਥੇ ਸਾਡੇ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਸਾਥੀਆਂ ਵੱਲੋਂ ਜਿਹੜਾ ਇੱਕ ਤਹੱਈਆ ਕੀਤਾ ਗਿਆ, ਇਸ ਦੇ ਵਿੱਚ ਸਮੁੱਚੇ ਪੰਜਾਬ ਦੀ ਜਿਹੜੀ ਹੈਗੀ ਹੈ ਲੀਡਰਸ਼ਿਪ ਜਿਹੜੀ ਹੈ, ਮੁੱਖ ਲੀਡਰਸ਼ਿਪ ਹੈ, ਮੈਂ ਧੰਨਾਮਲ ਗੋਇਲ ਪ੍ਰਧਾਨ ਔਰ ਸਾਡੇ ਜਨਰਲ ਸਕੱਤਰ ਜਿਹੜੇ ਹੈ ਗੁਰਮੇਲ ਸਿੰਘ ਜੀ ਮਾਛੀਕੇ, ਸਾਡੇ ਚੇਅਰਮੈਨ ਜਿਹੜੇ ਹੈ ਐਸ ਰਾਣੂ ਜੀ, ਔਰ ਸਾਡੇ ਸੂਬੇ ਦੇ ਸਰਪ੍ਰਸਤ ਜਿਹੜੇ ਹੈ ਸਰਜੀਤ ਸਿੰਘ ਜੀ ਔਰ ਗੁਰਦੀਪ ਸਿੰਘ ਘੁੱਦਾ ਜੀ, ਜਿਹੜੇ ਸਾਡੇ ਮੀਤ ਪ੍ਰਧਾਨ ਨੇ, ਮੁੱਖ ਰੂਪ ਦੇ ਵਿੱਚ ਇੱਥੇ ਆਏ ਨੇ, ਔਰ ਜਗਤਾਰ ਸਿੰਘ ਜੀ ਜਿਹੜੇ ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ ਫੂਲ ਤੋਂ ਨੇ, ਔਰ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਹੋ ਰਹੀ ਅੱਜ ਦੀ ਸਾਡੀ ਕਨਵੈਨਸ਼ਨ, ਜਿਹਦੇ ਵਿੱਚ ਸਾਡੇ ਸਕੱਤਰ ਜ਼ਿਲ੍ਹੇ ਦੇ ਮਨਪ੍ਰੀਤ ਡੱਲਾ ਜੀ, ਐਚ ਐਸ ਕੌਸ਼ਲ ਜੀ, ਮੇਵਾ ਸਿੰਘ ਜੀ ਸਮੇਤ ਸਮੁੱਚੇ ਜਿਹੜੇ ਬਲਾਕਾਂ ਦੀ ਲੀਡਰਸ਼ਿਪ, ਜ਼ਿਲ੍ਹਾ ਕਮੇਟੀ ਔਰ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਸਾਥੀ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਨੇ, ਉਹ ਸਾਡੀ ਜਥੇਬੰਦੀ ਦੇ ਮੈਂਬਰ ਹੈ ਜਿਹੜੇ ਉਹ ਪਹੁੰਚੇ ਹੋਏ ਨੇ। ਪਿਛਲੇ ਸਮੇਂ ਦੇ ਵਿੱਚ ਸਾਡੀ ਭਰਾਤਰੀ ਸਾਂਝ ਦੇ ਉੱਤੇ ਜੇ ਅਸੀਂ ਗੱਲ ਕਰੀਏ ਕਿਸਾਨਾਂ ਦੇ ਮੋਰਚੇ ਦੀ, ਮਜ਼ਦੂਰਾਂ ਦੇ ਮੋਰਚੇ ਦੀ, ਬੇਰੁਜ਼ਗਾਰਾਂ ਦੇ ਮੋਰਚੇ ਦੀ, ਵਿਦਿਆਰਥੀਆਂ ਦੇ ਮੋਰਚੇ ਦੀ ਗੱਲ ਕੀ, ਹਰ ਇੱਕ ਜਿਹੜੇ ਪੀੜਿਤ ਲੋਕ ਨੇ ਜਦੋਂ ਕਿਤੇ ਵੀ ਸੰਘਰਸ਼ ਕਰਦੇ ਆ ਤਾਂ ਸਾਡੀ ਜਥੇਬੰਦੀ ਹਮੇਸ਼ਾ ਉਹਨਾਂ ਦੇ ਅੰਗ ਸੰਗ ਹੁੰਦੀ ਹੈ। ਪਿਛਲੇ ਦਿਨੀ ਤੁਸੀਂ ਦੇਖਿਆ ਹੋਊ ਚੰਡੀਗੜ੍ਹ ਦੇ ਵਿੱਚ ਜਿਹੜਾ ਜੀਰੀ ਨੂੰ ਲੈ ਕੇ, ਜੀਰੀ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜੇ ਮਾਮਲੇ ਨੂੰ ਲੈ ਕੇ ਸੰਯੁਕਤ ਮੋਰਚੇ ਵੱਲੋਂ ਜਿਹੜਾ ਇੱਕ ਸੰਘਰਸ਼ ਕੀਤਾ ਗਿਆ, ਧਰਨਾ ਲਾਇਆ ਗਿਆ, ਉਸ ਦੇ ਵਿੱਚ ਵੀ ਸਾਨੂੰ ਗ੍ਰਿਫਤਾਰ ਵੀ ਉੱਥੇ ਹੋਣਾ ਪਿਆ, ਔਰ ਉੱਥੇ ਲਗਾਤਾਰ ਜਿਹੜਾ ਸਾਨੂੰ ਸਿਹਤ ਸੇਵਾਵਾਂ ਦਾ ਜਿਹੜਾ ਉਹ ਵੀ ਸਾਨੂੰ ਪ੍ਰਬੰਧ ਕਰਨਾ ਪਿਆ। ਸਾਡੀ ਭਰਾਤਰੀ ਸਾਂਝ ਮਜ਼ਦੂਰਾਂ ਨਾਲ, ਕਿਸਾਨਾਂ ਨਾਲ ਬਹੁਤ ਪਕੇਰੀ ਹੈ। ਅੱਜ ਵੀ ਸਾਡੀ ਇਸ ਕਨਵੈਨਸ਼ਨ ਦੇ ਵਿੱਚ ਮਜ਼ਦੂਰਾਂ ਦੇ ਜਿਹੜੇ ਆਗੂ ਨੇ, ਲਕਸ਼ਮਣ ਸਿੰਘ ਜੀ ਸੇਵੇ ਵਾਲਾ ਔਰ ਸਾਡੇ ਕਿਸਾਨਾਂ ਦੇ ਆਗੂ ਬਲਵਿੰਦਰ ਸਿੰਘ ਜੀ ਜੇਠੂਕੇ ਔਰ ਸਾਡੇ ਜਮਹੂਰੀ ਜਮਹੂਰੀ ਅਧਿਕਾਰ ਸਭਾ ਦੇ ਜਿਹੜੇ ਆਗੂ ਹੈ ਪਿਰਥਪਾਲ ਜੀ, ਉਹ ਵੀ ਪਹੁੰਚੇ ਹੋਏ ਨੇ, ਉਹ ਵੀ ਆਪਣੇ ਜਿਹੜੇ ਵਿਚਾਰ ਨੇ ਸਾਡੇ ਨਾਲ ਸਾਂਝਾ ਕਰਨਗੇ, ਔਰ ਅਸੀਂ ਸਮੁੱਚੇ ਮੈਡੀਕਲ ਪ੍ਰੈਕਟੀਸ਼ਨਰ ਸਾਥੀਆਂ ਨੂੰ ਇਹ ਅੱਜ ਤੁਹਾਡੇ ਜ਼ਰੀਏ ਸਰਕਾਰ ਨੂੰ ਵੀ ਇੱਕ ਸੁਨੇਹਾ ਦੇਣਾ ਚਾਹਾਂਗੇ ਕਿ ਅਸੀਂ ਤਕੜੇ ਹੋ ਕੇ ਜਿੱਥੇ ਅਸੀਂ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਦੇ ਝੰਡੇ ਥੱਲੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਾਂਗੇ, ਔਰ ਅਸੀਂ ਇਹ ਵੀ ਕਹਿਣਾ ਚਾਹਾਂਗੇ ਪਿਛਲੇ ਸਮੇਂ ਦੇ ਵਿੱਚ ਸਾਡੇ ਨਾਲ ਸਰਕਾਰਾਂ ਨੇ ਜੋ ਵਾਅਦੇ ਕੀਤੇ ਹੈ ਉਸ ਨੂੰ ਪੂਰਾ ਕਰਨ, ਔਰ ਅਸੀਂ ਦੇਖ ਰਹੇ ਹਾਂ ਕਿ ਵਾਅਦਾ ਖਿਲਾਫੀ ਕਿਸਾਨਾਂ ਮਜ਼ਦੂਰਾਂ ਹਰ ਵਰਗ ਨਾਲ ਹੋ ਰਹੀ ਹੈ, ਪਰ ਅਸੀਂ ਸਰਕਾਰ ਨੂੰ ਇਹ ਚੁਕੰਨਾ ਕਰਨਾ ਚਾਹੁੰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ
ਜਿਹੜੀ ਸਰਕਾਰ ਜ਼ਿਮਨੀ ਚੋਣਾਂ ਵੀ ਕਰਵਾਉਣ ਜਾ ਰਹੀ ਹੈ ਅਸੀਂ ਉਸ ਦੇ ਵਿੱਚ ਵੀ ਜਿਹੜੀ ਹੈ ਸਰਕਾਰ ਦੀ ਵਿਰੋਧਤਾ ਕਰਾਂਗੇ ਔਰ ਜਗ੍ਹਾ ਜਗ੍ਹਾ ਦੇ ਉੱਤੇ ਲੋਕਾਂ ਨੂੰ ਚੇਤਨ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਸਰਕਾਰ ਹੈ ਲਾਰਿਆਂ ਨਾਲ ਵਾਅਦਿਆਂ ਅਤੇ ਦਾਅਵਿਆਂ ਨਾਲ ਜਿਹੜਾ ਸਾਨੂੰ ਪ੍ਰਚਾਰ ਰਹੀ ਹੈ ਔਰ ਅਸੀਂ ਤਕੜੇ ਹੋ ਕੇ ਸਰਬ ਸਾਂਝੀ ਜਿਹੜੀ ਏਕਤਾ ਦੇ ਨਾਲ ਪ੍ਰਚੰਡ ਜਿਹੜੇ ਸੰਘਰਸ਼ ਹੈ ਉਹ ਕਰਾਂਗੇ ਤੁਹਾਡੇ ਜ਼ਰੀਏ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਨਸ਼ਿਆਂ ਵਿਰੁੱਧ ਭਰੂਣ ਹੱਤਿਆ ਵਿਰੁੱਧ ਗੱਲ ਕੀ ਸਮਾਜ ਦੀਆਂ ਜਿਹੜੀਆਂ ਵਿਰੋਧੀ ਅਲਾਮਤਾਂ ਨੇ ਉਹਨਾਂ ਦੇ ਖਿਲਾਫ਼ ਪਿਛਲੇ ਸਮੇਂ ਦੇ ਵਿੱਚ ਵੀ ਸਰਕਾਰ ਨੂੰ ਵੀ ਅਸੀਂ ਕੋਆਪਰੇਟ ਕੀਤਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੀ ਅਸੀਂ ਉਹਨਾਂ ਦੇ ਖਿਲਾਫ਼ ਜਿਹੜੀ ਆਪਣੀ ਆਵਾਜ਼ ਉਠਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਆਵਾਜ਼ ਨੂੰ ਬੁਲੰਦ ਕਰਾਂਗੇ ਔਰ ਯੂਪੀ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਉੱਥੋਂ ਦੀ ਸਰਕਾਰ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ 'ਤੇ ਹੱਲਾ ਬੋਲ ਰਹੀ ਹੈ ਪਰਚੇ ਦਰਜ ਕਰ ਰਹੀ ਹੈ ਅਣਮਨੁੱਖੀ ਵਰਤਾਅ ਜਿਹੜਾ ਕੀਤਾ ਜਾ ਰਿਹਾ ਔਰ ਤੁਹਾਡੇ ਜ਼ਰੀਏ ਅਸੀਂ ਇਸ ਗੱਲ ਦੀ ਵਿਰੋਧਤਾ ਕਰਦੇ ਹਾਂ ਔਰ 18, 19 ਤੇ 20 ਨਵੰਬਰ ਨੂੰ ਜਿਹੜਾ ਇੱਕ 3 ਰੋਜ਼ਾ ਧਰਨਾ ਲਖਨਊ ਦੇ ਈਕੋ ਗਾਰਡਨ ਦੇ ਵਿੱਚ ਲਾਇਆ ਜਾ ਰਿਹਾ ਔਰ ਸਾਡੀ ਜਥੇਬੰਦੀ ਇੰਡੀਅਨ ਮੈਡੀਕਲ ਪ੍ਰੈਕਟੀਸ਼ਨ ਫੈਡਰੇਸ਼ਨ ਦੇ ਉਸ ਫੈਸਲੇ ਦੇ ਉੱਤੇ ਵੀ ਫੁੱਲ ਚੜ੍ਹਾਊਗੀ ਮੈਂ ਬਤੌਰ ਨੈਸ਼ਨਲ ਮਹਾਂ ਸਚਿਵ ਇੰਡੀਅਨ ਮੈਡੀਕਲ ਪ੍ਰੈਕਟੀਸ਼ਨ ਫੈਡਰੇਸ਼ਨ ਔਰ ਮੈਡੀਕਲ ਪ੍ਰੈਕਟੀਸ਼ਨ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਹੋਣ ਨਾਤੇ ਉਹਨਾਂ ਸਾਥੀਆਂ ਨੂੰ ਵੀ ਇਸ ਗੱਲ ਦਾ ਭਰੋਸਾ ਵਿਸ਼ਵਾਸ ਦਵਾਊਂਗਾ ਕਿ ਸਾਡੀ ਜਥੇਬੰਦੀ ਤਨ ਮਨ ਤੇ ਧਨ ਦੇ ਨਾਲ 18, 19 ਤੇ 20 ਦੇ ਉਸ ਧਰਨੇ ਦੇ ਵਿੱਚ ਸ਼ਾਮਿਲ ਹੋਊਗੀ। ਮੈਂ ਐਚਐਸ ਰਾਣੂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਟੇਟ ਦਾ ਮੈਂ ਚੇਅਰਮੈਨ ਹਾਂ ਜੀ। ਅੱਜ ਦਾ ਪ੍ਰੋਗਰਾਮ ਸਾਡੀ ਇਹ ਇੱਕ ਸਿੱਖਿਅਤ ਕਨਵੈਨਸ਼ਨ ਹੈਗੀ ਹੈ, ਅਸੀਂ ਜਨਰਲ ਬੋਡੀ ਮੀਟਿੰਗ ਵੀ ਹੈ ਅਤੇ ਨਾਲ ਕਨਵੈਨਸ਼ਨ ਹੈਗੀ ਹੈ ਰੱਖੀ, ਜਿਹੜੀ ਕਿ ਹਾਲਾਤ ਅਸੀਂ ਦੇਖ ਰਹੇ ਹਾਂ ਜਿਵੇਂ ਕਿ ਪ੍ਰਧਾਨ ਜੀ ਨੇ ਅਤੇ ਸਕੱਤਰ ਸਾਹਿਬ ਨੇ ਸਟੇਟ ਦੇ ਨੇ ਸਾਡੇ ਦੱਸਿਆ ਵੀ ਮੁਸ਼ਕਲਾਂ ਬਹੁਤ ਨੇ, ਸਰਕਾਰਾਂ ਕਿੱਤੇ ਬੰਦ ਕਰਵਾ ਰਹੀਆਂ ਨੇ, ਦੁਕਾਨਾਂ ਬੰਦ ਕਰਵਾ ਰਹੀਆਂ ਨੇ, ਇਹੋ ਜਿਹੇ ਪ੍ਰੋਗਰਾਮ ਨੇ ਉਹਨਾਂ ਦੇ ਪਾਲਿਸੀਆਂ ਨੇ ਜਿਹਦੇ ਤਹਿਤ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਅਤੇ ਸਾਡੇ ਕਿੱਤੇ ਨਾਲ ਸੰਬੰਧਿਤ ਜਿੱਦਾਂ ਯੂਪੀ ਦੇ ਵਿੱਚ ਹੋਇਆ ਅਤੇ ਇੱਥੋਂ ਦੀ ਜਿਹੜੀ ਆਯੁਰਵੇਦ ਬੋਰਡ ਦੀ ਟੀਮ ਹੈਗੀ ਹੈ ਪ੍ਰਧਾਨ ਸਾਹਿਬ ਅਤੇ ਚੇਅਰਮੈਨ ਸਾਹਿਬ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜਿਹੜੇ ਲਾਇਸੈਂਸ ਨੇ ਉਹ ਆਪਣੇ ਲਾ ਕੇ ਰੱਖਣੇ ਆ, ਯਾਨੀ ਕਿ ਇੱਕ ਤਰੀਕਾ ਸਿੱਧੇ ਤੌਰ 'ਤੇ ਅਸਿੱਧੇ ਤੌਰ ਦੇ ਉੱਤੇ ਕੀਤਾ ਜਾ ਰਿਹਾ ਕਿ ਜਿਹੜੇ ਲੋਕਾਂ ਨੂੰ ਇਹ ਸਿਹਤ ਸਹੂਲਤਾਂ ਦੇ ਰਹੇ ਨੇ ਮੈਡੀਕਲ ਪਟੀਸ਼ਨਰ ਉਹਨਾਂ ਨੂੰ ਬੰਦ ਕੀਤਾ ਜਾਏ। ਉਸ ਚੀਜ਼ ਨੂੰ ਭਾਂਪਦੇ ਹੋਏ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਲਖਨਊ ਦੇ ਵਿੱਚ ਵੀ ਯੂਪੀ ਸਰਕਾਰ ਨੇ ਮਤਲਬ ਵੀ ਇੱਕ ਹੱਲਾ ਬੋਲਿਆ ਅਤੇ 4.5 ਲੱਖ ਜਿਹੜਾ ਮੈਡੀਕਲ ਪਟੀਸ਼ਨਰ ਉੱਥੇ ਉਹਨਾਂ ਨੂੰ ਬੰਦ ਕਰ ਰਹੇ ਆ, ਸਾਡੇ ਇੱਥੇ 1.25 ਲੱਖ ਦੇ ਕਰੀਬ ਮਤਲਬ ਮੈਡੀਕਲ ਪਟੀਸ਼ਨਰ ਹੈ ਪੰਜਾਬ 'ਚ, ਉਹਨਾਂ ਨੂੰ ਵੀ ਇਹ ਬੰਦ ਕਰਨ ਦੇ ਰਾਹ 'ਤੇ ਚੁੱਲੇ ਆ। ਉਹਦੇ ਤਹਿਤ ਅਸੀਂ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ, ਉਹਨਾਂ ਨੂੰ ਸਿੱਖਿਅਤ ਕਰਨ ਦੇ ਲਈ ਵੀ ਕਿਵੇਂ ਲੜਾਈ ਲੜਨੀ ਹੈ ਜਿਹੜੀ ਕਿ ਪਿਛਲੇ 30 ਸਾਲ ਤੋਂ ਲੜ ਰਹੇ ਹਾਂ, ਕੁਝ ਯੰਗਸਟਰ ਆਏ ਨੇ ਜਿਹੜੇ ਕਿ ਨਵੇਂ ਪ੍ਰੈਕਟੀਸ਼ਨਰ ਆਏ ਆ ਜਿਨ੍ਹਾਂ ਨੇ ਜੁਆਇਨ ਕੀਤਾ, ਵੀ ਇਹ ਲੜਾਈ ਕਿਵੇਂ ਲੜਨੀ ਹੈ ਅਤੇ ਕਿਵੇਂ ਆਪਣੇ ਹੱਕ ਜਿਹੜੇ ਉਹ ਲੈਣੇ ਨੇ, ਕਿਵੇਂ ਰਜਿਸਟ੍ਰੇਸ਼ਨ ਸਰਕਾਰ ਦੇ ਕੋਲੋਂ ਲੈਣੀ ਹੈ ਜਿਹੜੀ ਕਿ ਹਰੇਕ ਸਰਕਾਰ ਜਿਹੜੀ ਆਉਂਦੀ ਹੈ ਉਹ ਵਾਅਦੇ ਕਰਦੀ ਹੈ, ਚੋਣ ਮੈਨੀਫੈਸਟੋ 'ਚ ਪਾਉਂਦੀ ਹੈ ਲੇਕਿਨ ਮੁੱਕਰਦੀ ਹੈ, ਟਾਲ ਮਟੋਲਾ ਕਰਦੀ ਹੈ। ਇਸ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਦਿੱਤਾ ਜਾਏਗਾ, ਉਹਨੂੰ ਸਿੱਖਿਅਤ ਕਰਨ ਦੇ ਲਈ ਅਸੀਂ ਭਰਾਤਰੀ ਜਥੇਬੰਦੀਆਂ, ਮਜ਼ਦੂਰ, ਕਿਸਾਨ, ਹੋਰ ਜਥੇਬੰਦੀਆਂ ਜਿਹੜੀਆਂ ਜਮਹੂਰੀ ਅਧਿਕਾਰ ਸਭਾ, ਅਸੀਂ ਉਹਨਾਂ ਦੇ ਲੀਡਰ ਸਾਹਿਬਾਨ ਨੂੰ ਉਹਨਾਂ ਦੇ ਵਰਕਰ ਬੁਲਾਏ ਨੇ ਅਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਇੱਕ ਵਿਉਂਤਬੰਦੀ ਤਿਆਰ ਕਰ ਰਹੇ ਹਾਂ ਜਿਹਦੇ ਤਹਿਤ ਜਿਹੜਾ ਸਰਕਾਰ ਇਹ ਹੱਲਾ ਬੋਲ ਰਹੀ ਹੈ ਉਹਦਾ ਅਸੀਂ ਮੂੰਹ ਤੋੜਵਾਂ ਜਵਾਬ ਮਤਲਬ ਦੇ ਸਕੀਏ। ਮਾਸੀ ਕੇ ਜਨਰਲ ਸਕੱਤਰ ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਅੱਜ ਅਸੀਂ ਸੂਬਾ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਬਠਿੰਡਾ ਵੱਲੋਂ ਜਥੇਬੰਦਕ ਚੇਤਨਾ ਕਨਵੈਨਸ਼ਨ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜਾ ਸਾਡਾ ਮਸਲਾ ਇਹ ਪੂਰੇ 50-60 ਸਾਲ ਤੋਂ ਲਮਕ ਰਿਹਾ, ਕਿਸੇ ਵੀ ਸਰਕਾਰ ਨੇ ਸਾਡੇ ਮਸਲੇ ਨੂੰ ਸੰਜੀਦਾ ਨਹੀਂ ਲਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਕਾਨੂੰਨਾਂ ਦੇ ਰਾਹੀਂ ਭਾਰਤ ਪੱਧਰ 'ਤੇ ਜਿਹੜੇ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਆ ਉਹਨਾਂ ਦੇ ਕਿੱਤੇ ਦੇ ਖਿਲਾਫ਼ ਇੱਕ ਵੱਡਾ ਜ਼ੋਰਦਾਰ ਹਮਲਾ ਹੋ ਰਿਹਾ, ਕਿੱਤੇ ਨੂੰ ਤਬਾਹ ਕਰਨ ਲਈ, ਕਿੱਤੇ ਨੂੰ ਬੰਦ ਕਰਾਉਣ ਲਈ। ਉਸ ਕਿੱਤੇ ਨੂੰ ਲਗਾਤਾਰ ਚਾਲੂ ਰੱਖਣ ਦੇ ਲਈ ਪੰਜਾਬ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੀਆਂ ਸਮੱਸਿਆਵਾਂ ਹਰੇਕ ਮੈਡੀਕਲ ਪ੍ਰੈਕਟੀਸ਼ਨਰ ਨੂੰ ਜਾਣਕਾਰੀ ਹੋਵੇ ਅਤੇ ਉਹ ਉਸਦਾ ਲੋੜੀਂਦਾ ਜਵਾਬ ਦੇ ਸਕੇ। ਅੱਜ ਅਸੀਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਅੰਦਰ ਇੱਕ ਚੇਤਨਾ ਦਾ ਦੌਰ ਪੈਦਾ ਕਰਨ ਲਈ, ਉਹਨਾਂ ਦੀ ਚੇਤਨਾ ਦੀ ਸ਼ਕਤੀ ਵਧਾਉਣ ਦੇ ਲਈ, ਘੇਰਾ ਵਧਾਉਣ ਦੇ ਲਈ ਜਿਹੜੀ ਜਥੇਬੰਦਕ ਚੇਤਨਾ ਕਨਵੈਨਸ਼ਨ ਕਰਵਾ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹਰੇਕ ਬਲਾਕ ਪੱਧਰ ਦਾ ਆਗੂ ਸਰਕਾਰ ਦੀਆਂ ਉਹ ਨੀਤੀਆਂ ਦਾ ਜਿਹੜਾ ਮੂੰਹ ਤੋੜਵਾਂ ਜਵਾਬ ਦੇ ਸਕੇ। ਮੇਰਾ ਨਾਮ ਡਾਕਟਰ ਜਗਸੀਰ ਸ਼ਰਮਾ ਜੀ, ਮੈਂ ਬਲਾਕ ਬਠਿੰਡਾ ਦਾ ਪ੍ਰੈਜ਼ੀਡੈਂਟ ਹਾਂ ਜੀ ਅਤੇ ਅੱਜ ਸਾਡੀ ਜ਼ਿਲ੍ਹੇ ਦੀ ਜਨਰਲ ਮੀਟਿੰਗ ਹੈਗੀ ਜਿਹੜੀ
काफ़ी लंबे समय तो पेंडिंग पई सी वो अज कर रहे हैं असी साड़ी जी हैगी है ये मीटिंग दे विच लड़ाई है साड़ी सरकार नाल सरकार तो असं मंग करते हैं साड़ी जी रजिस्ट्रेशन की मंग हैगी पूरी की जाए जो साडे साथियों बेवजह तंग करती है सरकार वो तंग करन हट जाए बाकी साडा किसानां दे जिहड़े हैगे संघर्ष चल रहे उन्होंने असं समर्थन दे रहे हैं किसानों ने जो सड़कों के उत्ते धरने लाए है उन्होंने फसलों सड़कों के उत्ते रुल रही है खेतों च रुल रही उन्होंने वास्ते भी असं उन्होंने खड़े हैं इस करके सरकार को अब चाहिए गा जे लोग है समाज के सड़कों के उत्ते उतरे है वो संकार सरकार प्रति रोह प्रगट हो रहा है सरकार को जल्दी फैसले लेने चाहिए।